ਪੰਜਾਬ ਯੂਨੀਵਰਸਿਟੀ ਦੇ 5 ਸਪਟੈਂਬਰ ਨੂੰ ਹੋਣ ਵਾਲੇ ਇਲੈਕਸ਼ਨ ਨੂੰ ਲੈ ਕੇ ਲਗਾਤਾਰ ਤਿਆਰੀਆਂ ਕੀਤੀ ਜਾ ਰਹੀਆਂ। ਇੱਕ ਪਾਸੇ ਸਟੂਡੈਂਟਸ ਜਿਹੜੇ ਹੈ ਉਹ ਆਪਣੇ ਕੈਂਪੇਨਿੰਗ 'ਚ ਜੁੜ ਗਏ ਨੇ, ਲੇਕਿਨ ਦੂਜੇ ਪਾਸੇ ਜਿਹੜੀ ਅਹਿਮ ਹੈ ਲਾਅ ਐਂਡ ਆਰਡਰ, ਕਿਸੇ ਵੀ ਤਰ੍ਹਾਂ ਦਾ ਲਾਅ ਐਂਡ ਆਰਡਰ ਜਿਹੜਾ ਉਹ ਖਰਾਬ ਨਾ ਹੋਵੇ, ਜਿਸ ਕਰਕੇ ਚੰਡੀਗੜ੍ਹ ਪੁਲਿਸ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਨੇ, ਖਾਸ ਤੌਰ ਤੇ ਲਾਅ ਐਂਡ ਆਰਡਰ, ਕਿਉਂਕਿ ਜਿਹੜਾ ਵੀ ਆਊਟਸਾਈਡਰ ਹੈ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਸ਼ਰਾਰਤ ਨਾ ਕਰੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਲਾਅ ਐਂਡ ਆਰਡਰ ਨਾ ਖਰਾਬ ਕਰੇ, ਜਿਸ ਦੇ ਮੱਦੇਨਜ਼ਰ ਲਗਾਤਾਰ ਕੰਮ ਕੀਤਾ ਜਾ ਰਿਹਾ। ਸਾਡੇ ਨਾਲ ਡਿਪਟੀ ਸੁਪਰਡੈਂਡੈਂਟ ਆਫ ਪੁਲਿਸ ਗੁਰਮੁਖ ਸਿੰਘ ਨੇ। ਗੁਰਮੁਖ ਸਰ, ਕਿਉਂਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਲੈਕਸ਼ਨ ਹੋ ਰਹੇ, ਲਗਾਤਾਰ ਤੁਸੀਂ ਸੁਪਰਵਿਜ਼ਨ ਕਰਦੇ ਹੋ, ਬਹੁਤ ਅਹਿਮ ਹੁੰਦਾ ਹੈ ਲਾਅ ਐਂਡ ਆਰਡਰ ਨੂੰ ਵੇਖਦੇ ਹੋਏ, ਕਿਸ ਤਰ੍ਹਾਂ ਦੀ ਤਿਆਰੀਆਂ ਔਰ ਕਿਸ ਤਰ੍ਹਾਂ ਦੀ ਲਿਸਟਾਂ ਜਿਹੜੀ ਕੱਢੀ ਗਈ? ਦੇਖੋ, ਜਿਵੇਂ ਤੁਸੀਂ ਕਿਹਾ 5 ਤਰੀਕ ਦੇ ਇਲੈਕਸ਼ਨ ਹੋਣ ਜਾ ਰਹੇ ਨੇ ਇਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ, ਅਤੇ ਜਿਹੜੇ ਐਫੀਲੇਟਡ ਕਾਲਜ ਆ ਚੰਡੀਗੜ੍ਹ ਦੇ ਉਹਨਾਂ ਦੇ ਸਾਰਿਆਂ ਦੇ 5 ਤਰੀਕ ਨੂੰ ਇਲੈਕਸ਼ਨ ਹੋਣੇ ਆ। ਇਹਦੇ ਸੰਬੰਧ ਵਿੱਚ ਅਸੀਂ ਜਿਹੜੇ ਪ੍ਰੀ ਅਰੇਂਜਮੈਂਟ ਹੈ ਅਸੀਂ ਸਾਰੇ ਕਰ ਲਏ ਹਾਂ। ਜਿਵੇਂ ਲਗਭਗ 125 ਬੰਦਾ ਸਾਡਾ ਜਿਹੜਾ ਪੁਲਿਸ ਕਾਂਸਟੇਬਲ, ਹੈੱਡ ਕਾਂਸਟੇਬਲ ਅਤੇ ਐਨ ਜੀ ਓ ਸਾਰੇ ਹੈਗੇ, ਉਹ ਇੱਥੇ ਡਿਪਿਊਟ ਕੀਤੇ ਆ ਅਲੱਗ ਅਲੱਗ, ਜਿਹੜਾ ਤੁਸੀਂ ਦੇਖ ਰਹੇ ਹੋ 2 ਨੰਬਰ ਗੇਟ ਦੇ, ਇਸ ਤਰ੍ਹਾਂ 1 ਨੰਬਰ, 3 ਨੰਬਰ ਗੇਟ, ਇਸੇ ਤਰ੍ਹਾਂ ਸੈਕਟਰ 25 ਦੇ ਵਿੱਚ ਜਿਹੜਾ ਸਾਡਾ ਸਾਊਥ ਕੈਂਪ ਹੈ ਉਹਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਉਹ ਚੈਕਿੰਗ ਚੱਲ ਰਹੀ ਆ ਰਿਪੋਰਟ ਕੀਤੇ ਹੋਏ ਬੰਦੇ, ਅਤੇ ਇਸੇ ਤਰ੍ਹਾਂ ਅੰਦਰ ਇੰਟਰਨਲ ਜਿਹੜੀ ਸਾਡੀ ਜਿੱਥੇ ਸੈਂਸਿਟਿਵ ਪੁਆਇੰਟ ਹੈ, ਜਿਵੇਂ ਲਾਅ ਡਿਪਾਰਟਮੈਂਟ ਹੈ, ਯੂ ਆਈ ਐਲ ਐਸ ਹੈ, ਫਿਜਿਕਸ ਦੀ ਕੰਟੀਨ ਹੈ, ਕੈਮਿਸਟਰੀ ਦੀ ਕੰਟੀਨ ਹੈ, ਜਿੱਥੇ ਜਿੱਥੇ ਸਾਨੂੰ ਆਸ਼ੰਕਾ ਰਹਿੰਦੀ ਹੈ ਵੀ ਉੱਥੇ ਬੱਚੇ ਇਕੱਠੇ ਹੋ ਕੇ ਕੋਈ ਨਾ ਕੋਈ ਹੁੱਲੜਬਾਜ਼ੀ ਜਾਂ ਸ਼ਰਾਰਤ ਕਰ ਸਕਦੇ ਆ, ਉੱਥੇ ਸਾਰੀ ਅਸੀਂ ਡਿਪਿਊਟ ਕੀਤੇ ਹੋਏ ਆ। ਠੀਕ ਹੈ। ਅਤੇ ਇਸੇ ਤਰ੍ਹਾਂ ਜਿਵੇਂ ਅਸੀਂ ਪਹਿਲਾਂ ਵੀ ਜਿਹੜੇ ਆਇਡੈਂਟੀਫਾਈ ਕਰਦੇ ਹਾਂ ਕੁਛ ਜਿਹੜੇ ਪ੍ਰੋਬਲਮ ਕ੍ਰੀਏਟਰ ਬੰਦੇ ਆ, ਪ੍ਰੋਬਲਮ ਟਰਬਲ ਕਰ ਸਕਦੇ ਆ ਆਉਣ ਵਾਲੇ ਟਾਈਮ 'ਚ, ਉਸ ਤਰ੍ਹਾਂ ਅਸੀਂ 79 ਜਿਹੜੇ ਅਲੱਗ ਅਲੱਗ ਪਾਰਟੀਆਂ ਦੇ, ਸਾਰੇ ਪਾਰਟੀਆਂ ਦੇ ਆਇਡੈਂਟੀਫਾਈਡ ਕੀਤੇ ਆ, ਅਤੇ ਉਹਨਾਂ ਦਾ ਅਸੀਂ ਕਲੰਦਰਾ ਤਿਆਰ ਕੀਤਾ ਜਿਹਨੂੰ ਆਪਾਂ ਕੰਪਲੇਂਟ ਕਹਿੰਦੇ ਹਾਂ, ਉਹ ਐਸ ਡੀ ਐਮ ਸਾਹਿਬ ਨੂੰ ਫਾਰਵਰਡ ਕਰਤਾ, ਅਤੇ ਕੱਲ੍ਹ ਵਾਸਤੇ 29 ਤਰੀਕ ਅਤੇ 30 ਤਰੀਕ ਵਾਸਤੇ ਉਹਨਾਂ ਦੇ ਸੰਮਨ ਜਾਰੀ ਕੀਤੇ ਆ, ਤਾਂ ਕਿ ਉਹਨਾਂ ਦੇ ਜਿਹੜੇ ਬੌਂਡ, ਜਿਹੜੇ ਹੈਵੀ ਬੌਂਡ ਭਰੇ ਜਾਣ, ਇਹ ਆਉਣ ਵਾਲੇ ਟਾਈਮ 'ਚ ਕੋਈ ਸ਼ਰਾਰਤ ਨਾ ਕਰਨ। ਸਰ, ਕਿੰਨੇ ਲੋਕਾਂ ਨੂੰ ਜਿਹੜਾ ਹੈਗਾ ਇਹ ਦਿੱਤਾ ਪੂਰੀ ਲਿਸਟ ਜਿਹੜੀ ਤੁਸੀਂ ਤਿਆਰ ਕੀਤੀ? ਮੈਂ ਦੱਸਿਆ ਤੁਹਾਨੂੰ 79 ਸਾਡੇ ਪੰਜਾਬ ਯੂਨੀਵਰਸਿਟੀ ਦੇ ਹੈ, 25 ਮੇਰੇ ਗਵਰਨਮੈਂਟ ਕਾਲਜ ਦੇ ਹੈਗੇ ਆ, ਅਤੇ 25 ਡੀ ਏ ਵੀ ਕਾਲਜ ਦੇ ਹੈ, ਅਤੇ ਉਹਨਾਂ ਦਾ ਆਲਰੇਡੀ ਜਿਹੜਾ ਕਲੰਦਰਾ ਐਸ ਡੀ ਐਮ ਸਾਹਿਬ ਦੇ ਸਬਮਿਟ ਹੋ ਗਿਆ, ਅਤੇ ਉਹਨਾਂ ਦੇ ਸੰਮਨ ਵੀ ਜਾਰੀ ਹੋ ਗਿਆ, ਉਹਨਾਂ ਨੂੰ ਟਾਈਮ ਟੂ ਟਾਈਮ 29 ਤਰੀਕ ਨੂੰ ਸਿਰ ਐਸ ਡੀ ਐਮ ਸਾਹਿਬ ਲਾਇਆ। ਗੁਰਮੁਖ ਸਰ, ਕਿਉਂਕਿ ਹੋਸਟਲਸ ਵੀ ਅੰਦਰ, ਜਿੱਦਾਂ ਤੁਸੀਂ ਵੀ ਕਿਹਾ ਲਾਅ ਡਿਪਾਰਟਮੈਂਟ ਹੋਸਟਲ ਵੀ ਹੈ, ਕਿਉਂਕਿ ਮੋਸਟਲੀ ਦੇਖਿਆ ਗਿਆ ਬਾਹਰ ਤੋਂ ਆ ਕੇ ਆਊਟਸਾਈਡਰ ਜਿਹੜਾ ਹੁੱਲੜਬਾਜ਼ੀ ਕਰਦੇ, ਇਸ ਵਾਰ ਖਾਸ ਤੌਰ ਤੇ ਕੁਝ ਅਰੇਂਜਮੈਂਟਸ ਕੀਤੇ ਗਏ ਨੇ ਲਾਅ ਐਂਡ ਆਰਡਰ ਨੂੰ ਵੇਖਦੇ ਹੋਏ? ਬਿਲਕੁਲ ਜੀ, ਮੈਂ ਦੱਸਿਆ ਜਿਵੇਂ 125 ਲਗਭਗ 125 ਜਿਹੜਾ ਜਵਾਨ ਅਸੀਂ ਲਾਏ ਆ ਇੱਥੇ, ਸਾਰੇ ਗੇਟ ਅਸੀਂ ਸੀਲ ਕੀਤੇ ਹੋਏ ਆ, ਤੁਸੀਂ ਦੇਖ ਰਹੇ ਚੈਕਿੰਗ ਚੱਲ ਰਹੀ ਹੈ, 100% ਗੱਡੀਆਂ ਦੀ ਚੈਕਿੰਗ ਚੱਲ ਰਹੀ ਆ। ਇਸੇ ਤਰ੍ਹਾਂ ਅਸੀਂ 3 PCR ਡਿਪਿਊਟ ਕੀਤੀਆਂ ਦੋਨੇ ਕੈਂਪਸ ਦੇ ਵਿੱਚ, ਇੱਕ PCR ਅੰਦਰ ਅਤੇ ਇੱਕ ਜਿਹੜੀ PCR ਬਾਹਰ ਲਾਈ ਹੈ। ਟ੍ਰੈਫਿਕ ਦਾ ਅਰੇਂਜਮੈਂਟ ਸਾਡੇ ਵਾਸਤੇ ਅਲੱਗ ਉਹ ਲਾਇਆ ਹੋਇਆ ਬਾਹਰ ਹੈ, ਅਤੇ ਆਉਣ ਵਾਲੇ ਟਾਈਮ 'ਚ 1-2 ਦਿਨ 'ਚ ਅਸੀਂ ਹੋਸਟਲ ਵੀ ਜਿਹੜੀ ਸਰਪ੍ਰਾਈਜ਼ ਚੈਕਿੰਗ ਕਰਾਂਗੇ, ਅਤੇ ਰਾਤ ਦੇ ਟਾਈਮ ਹੁਣ ਕਰ ਵੀ ਰਹੇ ਹਾਂ ਜਿਹੜਾ ਰੂਟੀਨ ਅਸੀਂ ਵਾਰਡਨ ਸਾਹਿਬ। ਨਾਈਟ ਪੈਟਰੋਲਿੰਗ ਨੂੰ ਲੈ ਕੇ ਕਿਸ ਤਰ੍ਹਾਂ ਜਿਹੜੀ ਹੈਗੀ ਉਹ ਕੀਤਾ ਜਾ ਰਿਹਾ ਚੰਡੀਗੜ੍ਹ? ਦੇਖੋ, ਨਾਈਟ ਦਾ ਵੀ ਅਸੀਂ ਜਿਹੜੇ ਸਾਡੇ ਇੱਥੇ ਨੇੜੇ ਦੇ ਸੈਕਟਰ ਹੈਗੇ, ਜਿਵੇਂ 15 ਹੈਗਾ, 22 ਹੈਗਾ, 21 ਹੈਗਾ, ਹੋਰ ਸਾਰੇ ਨੇੜੇ ਜਿਹੜੇ ਸੈਕਟਰ ਜਿਨ੍ਹਾਂ ਦੇ ਸਾਨੂੰ ਪਤਾ ਵੀ ਬੱਚੇ ਜਿਹੜੇ ਆਪਣੇ ਉੱਥੇ ਆ ਕੇ ਠਹਿਰ ਸਕਦੇ ਆ, ਉਹਨਾਂ ਦੀ ਚੈਕਿੰਗ ਕਰ ਰਹੇ ਹਾਂ। ਰਾਤ ਦੇ ਟਾਈਮ ਵੀ ਸਾਡੀ ਪੂਰੀ 100% ਚੈਕਿੰਗ ਪੂਰੇ ਗੇਟਾਂ ਤੇ ਹੁੰਦੀ ਹੈ, ਤੇ ਅੰਦਰ ਵੀ ਅਸੀਂ 2 ਗੱਡੀਆਂ ਪੈਟਰੋਲਿੰਗ ਦੀ ਲਾ ਰੱਖੀਆਂ, ਉਹਨਾਂ 'ਚੋਂ 1 ਰਾਤ ਨੂੰ ਵੀ ਹੁੰਦੀ ਹੈ ਤੇ ਦਿਨ 'ਚ 2 ਹੁੰਦੀਆਂ। ਠੀਕ ਹੈ। ਤੇ ਸਰ, ਇਹ ਜਿਹੜੇ ਵੀ ਪੋਲਿਟਿਕਸ ਦੇ ਜਿਹੜੇ ਸਟੂਡੈਂਟਸ ਜਿਹੜੇ ਉਹ ਕਰ ਰਹੇ, ਲੜ ਰਹੇ, ਕੰਟੈਸਟ ਕਰ ਰਹੇ, ਉਹਨਾਂ ਨਾਲ ਵੀ ਕੋਈ ਤੁਹਾਡੀ ਮੀਟਿੰਗ ਹੋਈ ਹੈ ਕਿ ਕਿਸ ਤਰ੍ਹਾਂ ਤੁਸੀਂ ਕਰਨਾ ਸਾਰੀ ਚੀਜ਼ਾਂ ਨੂੰ? ਅਸੀਂ ਜਿਵੇਂ ਮੈਂ ਦੱਸਿਆ ਜੀ, ਅਸੀਂ 1 ਮਹੀਨਾ ਪਹਿਲਾਂ ਤੋਂ ਲੱਗੇ ਹੋਏ ਹਾਂ, ਸਾਡੇ SSP ਸਾਹਿਬ ਵੀ ਇੱਥੇ ਆ ਕੇ ਮੀਟਿੰਗ ਕਰਕੇ ਗਏ, ਸਾਰੀ ਪਾਰਟੀ ਦੇ ਜਿੰਨੇ ਵੀ ਬਹੁਤ ਬਰ ਬੰਦੇ ਸੀਗੇ ਜਾਂ ਸਟੂਡੈਂਟ ਸੀਗੇ ਉਹਨਾਂ ਨਾਲ ਡਿਟੇਲ 'ਚ, DSW ਸਾਹਿਬ ਵੀ ਹਾਜ਼ਰ ਸੀਗੇ, ਵਾਰਡਨ ਸਾਰੇ ਹਾਜ਼ਰ ਸੀਗੇ, ਸਾਰੀ ਅਸੀਂ ਇੰਸਟਰਕਸ਼ਨ ਉਹਨਾਂ ਨੂੰ ਦੇ ਕੇ ਗਏ ਹਾਂ। SSP ਸਾਹਿਬ ਨੇ ਡਿਟੇਲ ਇੰਸਟਰਕਸ਼ਨ ਦੇ ਕੇ ਕੀਤੀਆਂ, ਕੱਲ ਮੈਂ ਵੀ ਮੀਟਿੰਗ ਕੀਤੀ ਦੁਬਾਰਾ ਫਿਰ ਇਹਨਾਂ ਦੇ ਨਾਲ, ਤੇ ਹੁਣ ਅਸੀਂ ਜਿਹੜੇ ਬੱਚੇ ਇਲੈਕਸ਼ਨ ਦੇ ਵਿੱਚ ਖੜੇ ਹੋ ਰਹੇ ਆ, ਨੋਮੀਨੇਸ਼ਨ ਭਰ ਰਹੇ ਆ, ਉਹਨਾਂ ਦੇ ਨਾਲ ਵੀ ਅਸੀਂ ਤਾਲਮੇਲ ਕਰਕੇ ਉਹਨਾਂ ਨੂੰ ਵੀ ਜਿਹੜੀਆਂ ਸੈਕਸ਼ਨ ਜਾਰੀ ਕਰ ਰਹੇ ਹਾਂ।